रीस यानी के रीस करना, नकल करना। रीस रीस ਤਦ ਬੰਦੇ ਦਾ ਨਾਂ ਅਸੀਂ ਨਾ ਤੇ ਸੁਣੀ ਤੇ ਨਾ ਹੀ ਅਸੀਂ ਇੱਥੇ ਕਿੱਥੇ ਖਾ ਸਕਨੇ ਆ ਤੇ ਨਾ ਹੀ ਖਾਦੀ ਚੋਕਲੇਟਾਂ ਹੀ ਖਵਾਈ ਜਾ ਰਹੇ ਹੋ ਕਿਤੇ ਮੇਦੇ 'ਚ ਗਰਮੀ ਨਾ ਹੋਈ ਫਿਰ ਉਹ ਗਰਮੀ ਦੂਰ ਕਰਨ ਵਾਲੀ ਵੀ ਕੋਈ ਚੀਜ਼ ਖਵਾਉਣਾ ਠੀਕ ਹੈ ਫਿਰ ਤੁਹਾਨੂੰ ਠੰਡਾ ਸ਼ਰਬਤ ਪਿਆਵਾਂਗੇ ਚਲੋ ਜੀ ਠੀਕ ਹੋ ਗਿਆ ਜ਼ਰੂਰ ਖਾਵਾਂਗੇ ਰੀਸ ਹੈਗਾ ਵੈਰੀ ਗੁੱਡ ਅੱਛਾ ਇਹ ਸਰ ਆਲ ਕੰਟਰੀ ਦੀ ਹੈ ਪਾਕਿਸਤਾਨੀ ਨਹੀਂ ਹੈਗੀ ਪਾਕਿਸਤਾਨ ਮਿਲਦੀ ਵੀ ਨਹੀਂ ਹੈਗੀ ਠੀਕ ਲਓ ਜੀ ਇਹ ਚੋਕਲੇਟ ਕਹਿੰਦੇ ਨੇ ਰੀਸ ਹੈਗੀ ਹੈ ਅਤੇ ਠੀਕ ਹੈ ਮੰਨ ਲੈਂਦੇ ਤੁਸੀਂ ਤਾਂ ਅੱਗੇ ਮੰਨੇ ਹੋਏ ਆ ਇਹ ਵਾਲੀ ਚੋਕਲੇਟ ਰੀਸ ਉਹ ਜਿਹੜੀ ਅਸੀਂ ਮੈਂ ਉਸ ਦਿਨ ਚੋਕਲੇਟ ਖਾਧੀ ਸੀ ਨਾ ਉਹਦਾ ਨਾਮ ਸੀ ਟਵਿਸਟ ਟਵਿਕਸ ਟਵਿਕਸ ਅੱਛਾ ਅੱਛਾ ਮੈਂ ਕਿਹਾ ਟਵਿਸਟ ਨੱਚਣ ਨਾ ਮੰਨਦਾ ਬੰਦਾ ਖਾ ਕੇ ਇੱਥੇ ਤਾਂ ਸਾਡੇ ਇੱਥੇ ਨਹੀਂ ਨਾ ਲਾਉਦੇ ਜਾਂ ਮੁੜਦੇ ਪੈਕ ਕਰਦੇ ਜਿਵੇਂ ਇਹ ਪੈਕ ਹੋ ਗਿਆ ਜੀ ਕਲਰ ਬੜਾ ਜ਼ਬਰਦਸਤ ਹੈ ਉੱਤੇ ਇਹਨਾਂ ਨੇ ਬਣਾਇਆ ਕੋਈ ਚੀਜ਼ ਹੱਸਦੀ ਹੋਈ ਯਾਨੀ ਕਿ ਤੁਸੀਂ ਖਾਓਗੇ ਤਾਂ ਹੱਸਦੇ ਹੀ ਰਹੋਗੇ ਕਮਾਲ ਚੀਜ਼ ਹੈਗੀ ਹੈ ਪੈਕਿੰਗ ਦੇਖੋ ਉਹਨਾਂ ਨੇ ਇਸ ਤਰੀਕੇ ਦੀ ਕੀਤੀ ਕਿਸੇ ਵਿੱਚੋਂ ਨਿਕਲ ਕੇ ਭੱਜ ਨਾ ਜਾਵੇ ਬੜੀ ਗੱਲ ਹੈ ਜੀ ਬੜੀ ਗੱਲ ਇਹ ਲੱਗਦੀ ਜਿਵੇਂ ਸਾਬਣ ਦੀ ਗਾਚੀ ਨਹੀਂ ਹੁੰਦੀ ਜੀ ਨਾਲ ਲਓ ਜੀ ਗੱਲ ਹੈਗੀ ਹੈ ਕਿ ਸਾਰੀਆਂ ਚੀਜ਼ਾਂ ਦਾ ਤਰੀਕਾ ਹੁੰਦਾ ਵੱਖਰਾ ਵੱਖਰਾ ਅਤੇ ਸਾਡਾ ਵੀ ਤਰੀਕਾ ਵੱਖਰਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹੁਣ ਬਾਰ ਬਾਰ ਕੀ ਦੱਸਣਾ ਅਤੇ ਇਹ ਹੈਗੀ ਹੈ ਅਸਲ ਚੋਕਲੇਟ ਇਹ ਸਾਨੂੰ ਕਿਸੇ ਨੇ ਗਿਫਟ ਭੇਜਿਆ ਬਾਹਰੋਂ ਅਤੇ ਜਿਹਨੇ ਭੇਜਿਆ ਅੱਲਾ ਉਹਦਾ ਭਲਾ ਕਰੇ ਅਤੇ ਉਹਦੇ ਬੱਚਿਆਂ ਦਾ ਵੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਹੁਣ ਮੈਂ ਖਾ ਕੇ ਦੇਖਾਂ ਤੁਸੀਂ ਖਾਓਗੇ ਜੀ ਨਹੀਂ ਕਮਾਲ ਬੰਦੇ ਬਾਦਸ਼ਾਹ ਬੰਦੇ ਨੇ ਕੀ ਕਹਿ ਸਕਦੇ ਹਾਂ ਜੀ ਲਓ ਜੀ ਇਹ ਦੇਖੋ ਇਹਦਾ ਤਰੀਕਾ ਹੈਗਾ ਜੀ ਕਿ ਇਹ ਫੜੀ ਚੋਕਲੇਟ ਅਤੇ ਇਹ ਦੇਖੋ ਹੈਗੀ ਬਹੁਤ ਅੱਛੀ ਚੋਕਲੇਟ ਇਹਦਾ ਮੂੰਗਫਲੀ ਦਾ ਚੱਕਾ ਜ਼ਿਆਦਾ ਆ ਰਿਹਾ ਚੱਕਾ ਕਈ ਕਿਸਮ ਦਾ ਆ ਰਿਹਾ ਚੋਕਲੇਟ ਦਾ ਵੀ ਆ ਰਿਹਾ ਮੂੰਗਫਲੀ ਦਾ ਵੀ ਆ ਰਿਹਾ ਉਹ ਕੇਕਾ ਦਾ ਬਿਸਨੂ ਹੈ ਵੀ ਵਿੱਚ ਪਾਇਆ ਹੋਇਆ ਨੇ ਚੋਕਲੇਟ ਵੀ ਲਾਈ ਨੇ ਚੋਕਲੇਟ ਤਾਂ ਮੈਨੂੰ ਪਸੰਦ ਹੈ ਲੇਕਿਨ ਇਹਦਾ ਮਜ਼ਾ ਹੀ ਹੋ ਰਿਹਾ ਇਹਦੀ ਮਿਠਾਸ ਹੀ ਹੋ ਰਹੇ ਕਿ ਜਿਹਦੇ ਦਾ ਮੈਨੂੰ ਪਤਾ ਲੱਗਣਾ ਤੋਹਫੇ ਆਏ ਨੇ ਸਾਡੇ ਵਾਸਤੇ ਇਹਦਾ ਜ਼ੈਕਾ ਇਹਦਾ ਮਿੱਠਾ ਹੀ ਹੋਰ ਹੋ ਗਿਆ ਇਹਦੀ ਲੱਜ਼ਤ ਹੀ ਹੋਰ ਲੱਗਦੀ ਖਾਣ ਲੱਗਿਆ ਯਾਰ ਅਜੀਬ ਚੀਜ਼ ਮਜ਼ੇਦਾਰ ਹੈਗੀ ਇਹ ਇੰਝ ਖਾਣ ਵਾਲੀ ਹੈਗੀ ਸੀ ਯਕੀਨ ਕਰੋ ਕੀ ਮਜ਼ੇਦਾਰ ਚੋਕਲੇਟ ਹੈ ਉੱਤੋਂ ਹੈਗੀ ਅਸਲੀ ਚੀਜ਼ ਇਹਦੇ ਉੱਤੇ ਚੋਕਲੇਟ ਹੈ ਅੰਦਰ ਪੀਸ ਕੇ ਨਾ ਉਹਨਾਂ ਨੇ ਮੂੰਗਫਲੀ ਪਾਈ ਹੋਈ ਇਹਦੇ 'ਚ ਜਿੱਥੇ ਤੱਕ ਮੇਰਾ ਜ਼ੈਕਾ ਮੂੰਗਫਲੀ ਦਾ ਆ ਰਿਹਾ ਉੱਤੇ ਚੋਕਲੇਟ ਬਣਾਈ ਕਿਆ ਬਾਤ ਹੈ ਜੀ ਸੁਭਾਨ ਅੱਲਾ ਬੜਾ ਮਜ਼ਾ ਆਇਆ ਜੇ ਮੰਨਦੇ ਆ ਚੋਕਲੇਟ ਖਾਣ ਦਾ ਦੰਦ ਨਾਮ ਹੀ ਹੁਣ ਤੇ ਇਹ ਮੂੰਹ 'ਚ ਰੱਖੋ ਤੇ ਗੁਰਜਨ ਬਾਹਰ ਬਾਰਿਸ਼ ਪੈ ਰਹੀ ਹੋਵੇ ਉਹ ਉੱਥੇ ਠੰਡ ਹੋਵੇ ਅਤੇ ਰਜ਼ਾਈਆਂ 'ਚ ਬੜੇ ਹੋਈਏ ਅਤੇ ਟੀ ਵੀ ਵੇਖ ਰਹੇ ਹੋਈਏ ਅਤੇ ਸੁਣਨਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ
ਬੈਲ ਲੈ ਕੇ ਲਾਜ਼ਮੀ ਦਬਾਇਆ ਕਰੋ, ਨਾਲ ਦੋਸਤਾਂ ਨੂੰ ਸ਼ੇਅਰ ਕਰਿਆ ਕਰੋ, ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।